ਝਗੜਾ ਕਰਦਾ ਰੋਜ਼ ਹੀ ਮੇਰੇ ਨਾਲ। ਕੌਣ ਝਗੜਾ ਕਰਦਾ ਜੀ? ਤੇ ਅੱਜ ਕਾਹ ਤੋਂ ਇਹਨਾਂ ਨੇ ਘਰੋਂ ਕੱਟਦਾ ਸੀ ਤੁਹਾਨੂੰ? ਅੱਜ ਵੀ ਲੜਦਾ ਮੇਰੇ ਨਾਲ, ਰੋਟੀ ਖਾਣ ਲੱਗਾ, ਗਾਣਾ ਕੱਢਦਾ, ਭੰਗੜੇ ਪਾਉਂਦਾ। ਤੇ ਜੋ ਲੜਕਾ ਜਿਹੜਾ ਪੁਲਿਸ ਨੂੰ ਦੇਖ ਕੇ ਪਹਿਲਾਂ ਹੀ ਘਰੋਂ ਜਿਹੜਾ ਛਾਲ ਮਾਰ ਕੇ ਪਿੱਛੇ ਟੱਪ ਕੇ ਭੱਜ ਗਿਆ। ਬਲ ਦੀ ਕਾਰਵਾਈ ਜਿਹੜੇ ਇਹਦੇ ਲੜਕੇ ਨਾਲ ਕੁੱਟਮਾਰ ਕੀਤੀ ਆਪਣੇ ਮਾਤਾ ਪਿਤਾ ਨਾਲ, ਉਹਨਾਂ ਦੇ ਖਿਲਾਫ਼ ਬਲ ਦੀ ਕਾਰਵਾਈ ਕੀਤੀ ਜਾਊਗੀ। ਮੈਨੂੰ ਕੱਲ ਪਰਸੋਂ ਕੱਲ ਕੁੱਟਿਆ ਸਵੇਰੇ, ਆ ਦੇਖੋ ਅੰਨੀ ਨੂੰ ਹੋਇਆ। ਜੋ ਦੇਖਦਾ ਉਹੀ ਮਾਰਦਾ, ਪਤਾ ਨਹੀਂ ਕੀ ਖਾਂਦਾ, ਕੋਈ ਨਸ਼ੇ ਨਸ਼ੇ ਕਰਦਾ ਹੈਗਾ ਜੀ, ਪਤਾ ਨਹੀਂ ਇਹ ਨਹੀਂ ਪਤਾ ਨਸ਼ੇ ਕਰਦਾ ਕਿ ਸ਼ਰਾਬ ਪੀਂਦਾ। ਜਲੰਧਰ 'ਚ ਇੱਕ ਕਲਯੁਗੀ ਪੁੱਤ ਤੇ ਆਪਣੇ ਹੀ ਮਾਂ ਬਾਪ ਨੂੰ ਕੁੱਟ ਕੇ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਬਜ਼ੁਰਗ ਜੋੜਾ ਇੱਕ ਦੁਕਾਨ ਦੇ ਬਾਹਰ ਹੀ ਫੁੱਟਪਾਥ ਤੇ ਸੋ ਗਿਆ ਅਤੇ ਜਦੋਂ ਲੋਕਾਂ ਨੇ ਇਸ ਜੋੜੇ ਨੂੰ ਦੇਖਿਆ ਤਾਂ ਉਹਨਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਜਦੋਂ ਪੁਲਿਸ ਲੋਕਾਂ ਦੀ ਮਦਦ ਨਾਲ ਦੋਨਾਂ ਨੂੰ ਘਰ ਛੱਡਣ ਗਈ ਤਾਂ ਉਹ ਜਵਾਨ ਪੁਲਿਸ ਨੂੰ ਦੇਖ ਕੇ ਖਾਲੀ ਪਲਾਟ ਵਿੱਚ ਛਾਲ ਮਾਰ ਕੇ ਭੱਜ ਗਿਆ। ਕੀ ਨਾਮ ਅੰਕਲ ਜੀ ਤੁਹਾਡਾ ਜੀ? ਹਰਭਜਨ ਸਿੰਘ। ਕੀ ਗੱਲ ਹੋਈ ਸੀਗੀ ਜੀ? ਝਗੜਾ ਕਰਦਾ ਰੋਜ਼ ਹੀ ਮੇਰੇ ਨਾਲ। ਕੌਣ ਝਗੜਾ ਕਰਦਾ ਜੀ? ਤੇ ਅੱਜ ਕਾਹ ਤੋਂ ਇਹਨਾਂ ਨੇ ਘਰੋਂ ਕੱਟਦਾ ਸੀ ਤੁਹਾਨੂੰ? ਅੱਜ ਵੀ ਲੜਦਾ ਮੇਰੇ ਨਾਲ, ਰੋਟੀ ਖਾਣ ਲੱਗਾ, ਗਾਣਾ ਕੱਢਦਾ, ਭੰਗੜੇ ਪਾਉਂਦਾ। ਮੈਨੂੰ ਕੱਲ ਪਰਸੋਂ ਕੱਲ ਕੁੱਟਿਆ ਸਵੇਰੇ, ਆ ਦੇਖੋ ਅੰਨੀ ਨੂੰ ਹੋਇਆ। ਜੋ ਦੇਖਦਾ ਉਹੀ ਮਾਰਦਾ, ਪਤਾ ਨਹੀਂ ਕੀ ਖਾਂਦਾ, ਕੋਈ ਨਸ਼ੇ ਨਸ਼ੇ ਕਰਦਾ ਹੈਗਾ ਜੀ, ਪਤਾ ਨਹੀਂ ਇਹ ਨਹੀਂ ਪਤਾ ਨਸ਼ੇ ਕਰਦਾ ਕਿ ਸ਼ਰਾਬ ਪੀਂਦਾ, ਕੀ ਕਰਦਾ। ਹਾਂਜੀ ਸਰ, ਕੀ ਮਾਮਲਾ ਕੀ ਹੈਗਾ ਜੀ? ਇਹ ਮਾਮਲਾ ਇੱਦਾਂ ਜੀ, ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਸੀ ਵੀ ਦੋ ਬਜ਼ੁਰਗ ਹੈ ਜੋ ਲੇਡੀਜ਼ ਹਨ, ਜੈਂਟ ਜਿਹੜੇ ਇਹਨਾਂ ਨੂੰ ਘਰੋਂ ਬਾਹਰ ਜਿਹੜਾ ਲੜਕੇ ਨਾਲ ਕੁੱਟਮਾਰ ਕਰਕੇ ਕੱਢਤਾ। ਜੋ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੇ ਘਰ ਪਹੁੰਚੇ ਹਾਂ। ਅਤੇ ਜੋ ਲੜਕਾ ਜਿਹੜਾ ਪੁਲਿਸ ਨੂੰ ਦੇਖ ਕੇ ਪਹਿਲਾਂ ਹੀ ਘਰੋਂ ਜਿਹੜਾ ਛਾਲ ਮਾਰ ਕੇ ਪਿੱਛੇ ਟੱਪ ਕੇ ਭੱਜ ਗਿਆ। ਅਤੇ ਜੋ ਇਹਨਾਂ ਕੋਲ ਅਸੀਂ ਲਿਖਤੀ ਦਰਖਾਸਤ ਲੈ ਲਈ ਆ, ਬਲ ਦੀ ਕਾਰਵਾਈ ਜਿਹੜੇ ਇਹਦੇ ਲੜਕੇ ਨਾਲ ਕੁੱਟਮਾਰ ਕੀਤੀ ਆਪਣੇ ਮਾਤਾ ਪਿਤਾ ਨਾਲ, ਉਹਨਾਂ ਦੇ ਖਿਲਾਫ਼ ਬਲ ਦੀ ਕਾਰਵਾਈ ਕੀਤੀ ਜਾਊਗੀ। ਦਰਖਾਸਤ ਲੈ ਕੇ ਇਹਨਾਂ ਕੋਲ ਅਸੀਂ ਡਿਊਟੀ ਅਫਸਰ ਦੇ ਹਵਾਲੇ ਕਰ ਦਿੱਤੀ ਆ। ਬਲ ਦੀ ਕਾਰਵਾਈ ਇਹਦੇ ਲੜਕੇ ਦੇ ਖਿਲਾਫ਼ ਸਵੇਰੇ ਅਮਲ ਚੱਲੇ ਰਹੇ। ਤਾਂ ਭਾਅ ਜੀ ਕਿੱਥੇ ਦੇ ਰਹਿਣ ਵਾਲੇ ਹੈਗੇ ਜੀ? ਇਹ ਬਿਨੇ ਨਗਰ ਦੀ ਦਰਖਾਸਤ ਸੀ ਜੀ, ਬਿਨੇ ਨਗਰ ਦੇ ਰਹਿਣ ਵਾਲੇ, ਥਾਣਾ ਰਾਮਾ ਮੰਡੀ ਦਾ ਏਰੀਆ। ਅਤੇ ਕੁੱਟਮਾਰ ਕਰਕੇ ਕਿੱਥੇ ਇਹਨਾਂ ਨੂੰ ਕੱਢਿਆ ਸੀਗਾ ਜੀ? ਕਿੱਥੇ ਤੁਹਾਨੂੰ ਮਿਲੇ ਸੀ? ਸਾਨੂੰ ਮਿਲੇ ਵਕਾਰ ਨਗਰ ਕਾਲੀ ਖੜਕ 'ਤੇ, ਅਤੇ ਉੱਥੋਂ ਇਹ ਪੈਦਲ ਜਾ ਰਹੇ ਸੀ ਥਾਣੇ ਦਰਖਾਸਤ ਦੇਣ। ਉਹ ਕੰਟਰੋਲ ਤੋਂ ਮੈਸੇਜ ਆਇਆ ਅਤੇ ਸਾਨੂੰ ਥਾਣੇ ਇਹ ਵੀ ਅਸੀਂ ਮੌਕੇ 'ਤੇ ਫਿਰ ਕਾਲੀ ਖੜਕ 'ਤੇ ਹੀ ਮਿਲ ਗਏ ਜੀ। ਅਤੇ ਭਾਅ ਜੀ ਮੁੰਡਾ ਕੋਈ ਨਸ਼ੇ ਦਾ ਆਦੀ ਤਾਂ ਨਹੀਂ ਹੈਗਾ ਇਹਨਾਂ ਦਾ? ਮੁੰਡਾ ਦੱਸਦੇ ਕਹਿੰਦੇ ਨਸ਼ੇ ਮੱਤੇ ਦਾ ਵੀ ਆਦੀ ਆ, ਅਤੇ ਕਾਫੀ ਚਿਰ ਤੋਂ ਇਹਨਾਂ ਤੰਗ ਪਰੇਸ਼ਾਨ ਕਰਦਾ, ਕੁੱਟਦਾ ਮਰਦਾ ਹੈ, ਇਹਨਾਂ ਦੇ ਕਹਿਣੇ ਘਰ ਤੋਂ ਬਾਹਰ। ਜੋ ਇਹਨਾਂ ਕੋਲ ਲਿਖਤੀ ਦਰਖਾਸਤ ਲੈ ਲਈ, ਇਹਨਾਂ ਦੇ ਖਿਲਾਫ਼ ਬਲ ਦੀ ਕਾਰਵਾਈ ਕੀਤੀ ਜਾਊਗੀ। ਜਲੰਧਰ ਤੋਂ ਗੀਤਾਂਸ਼ੂ ਸੇਜਵਾਲ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੇਂਜ।
कि तुसी जिंदगी दे किसी भी समस्या तो परेशान हो, कि तुहाडे व्याह विच हो रही है देरी, कि तुसी संतान सुख तो वांझे हो, कि तुहानू तुहाडा मन चाहिया प्यार नहीं मिल रहा, कि तुसी लाउणा चाहुंदे हो लॉटरी दा सही नंबर, कि तुहानू नौकरी नहीं मिल रही, कि तुहाडा वीजा नहीं लग रहा, कि तुसी विदेश च पक्का होना चाहुंदे हो, धन दी कमी, बीमारी तो परेशानी, घर बैठे बिठाए ही किया जाएगा तुहाडी समस्या दा समाधान, फीस कम होने तो बाद। इन्हां सारियां समस्यावां दे पक्के हल एक बार जरूर मिलो एस्ट्रोलॉजर बाबा धर्मिंदर जी नूं, जो करदे ने मुफ्त सेवा मुफ्त समाधान।